बिस्मिल्लाहिर्रहमानिर्रहीम। अस्सलाम वालेकुम नाज़रीन। नाज़रीन इकराम, इस वक्त पीर बाकर शाह साहब के नए शुरू होने वाले 100 गोल्डन मिस्री मुर्गियों के फार्म पर मौजूद हूँ। तो आज की ये वीडियो ख़ास तौर पर हवातीन और तलबा के लिए किसी तोहफा से कम नहीं। आज की इस वीडियो में 100 मुर्गियों की फिजिबिलिटी रिपोर्ट तैयार की जाएगी। ये मालूम किया जाएगा कि चूज़े कितने दिन के और कितने में खरीदे, कहाँ से खरीदे, इनकी तैयारी पर क्या खर्चा आया, इनको कौन सी फीड या खुराक खिलाते हैं, बीमारियों का क्या इलाज करते हैं और ये क्या नफ़ा दे जाएंगे। इसी तरह के और मजीद कीमती सवालात से आगाही हासिल की जाएगी। वीडियो को मुकम्मल लाजमी देखें, वीडियो को लाइक करें और शेयर ज़रूर करें ताकि दूसरे भाइयों की भी हेल्प हो सके। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम जी। सर की हाल है? अल्हम्दुलिल्लाह जी, सब खैर करम, ठीक ठाक। सब तो पहले अपना ते अपने इलाके का तारफ करवा दियो। मेरा जनाब इलाका सियालकोट किंगरा रोड आखिरी स्टाप बाजड़ागढ़ी बलार वाली और बलार वाली अगे डेरा वे शाह सैदा। ठीक है, ते पीर जी अपना नाम भी दस दो मेरे नाल। मेरा नाम जनाब बाकर शाह, पीर बाकर शाह। शाह जी, तुसी किन्ना अरसा पहले चूजे खरीदे हन ते किन्ने खरीदे हन ते उन्हां दी की उम्र ही, ए थोड़ा दसो। ए जनाब चूजे असां 75-75 रुपए दा छोटा चूजा सी, पर हले कोई 15-20 यानी के इस तरह वाहवा सी, मतलब दौड़दा भजदा। हां जी, ठीक है, खरीदिया सी। हां जी, ते इन्हां नूं खुराक शुरू कीती है, इन्हां दे शेड शुड सोहणा विच मतलब निजाम सोहणा करी दावे, ਇਹਨਾਂ ਦਾ ਦੇਖਭਾਲ ਬੜੀ ਠੀਕ ਕਰੀ ਦੀ ਹੈ ਜੀ। ਅਤੇ ਇਸ ਵੇਲੇ ਤਾਂ ਅੱਲਾਹ ਦੀ ਖੈਰ ਨਾਲੇ ਬੜੇ ਸਿਹਤਮੰਦ ਨੇ, ਠੀਕ ਠਾਕ ਨੇ ਜਾਨਵਰ ਸਾਡੇ ਜੀ। ਮਾਸ਼ਾਅੱਲਾ ਸਰ, ਸਿਹਤਮੰਦ ਨੇ। ਤੁਸੀਂ ਜ਼ਿਕਰ ਕੀਤਾ ਕਿ ਫੀ ਚੂਜ਼ਾ ਤੁਸੀਂ 75 ਰੁਪਏ ਐਵਰੇਜ ਰੁਪਏ ਲਿਆ, 75 ਰੁਪਏ, ਅਤੇ ਉਹ 15-20 ਦਿਨ ਦਾ ਸੀ? 15-20 ਦਿਨ ਦਾ। ਅਤੇ ਕਿਹੜੀ ਜਗ੍ਹਾ ਤੋਂ ਖਰੀਦੇ ਹਨ? ਇਹ ਜਨਾਬ ਅਲੀਪੁਰ ਸ਼ਰੀਫ ਕਿਲ੍ਹਾ ਸੋਭਾ ਸਿੰਘ ਦੇ ਕੋਲ ਹੈ ਜੀ। ਉੱਥੇ ਹੈਚਰੀ ਸੀ ਜੀ? ਹਾਂਜੀ, ਉੱਥੇ ਸ਼ੈੱਡ ਸੀ, ਉਹਨਾਂ ਕੋਲ ਲੈ ਕੇ ਆਏ ਸਾਂ ਜੀ। ਤੇ ਕਿੰਨੇ ਲੈ ਕੇ ਆਏ ਸੋ? ਇਹ ਜਨਾਬ 400 ਲੈ ਕੇ ਆਏ ਸਨ, ਨਾਲੇ ਇੱਕ ਮੇਰਾ ਭਾਈਵਾਲ ਸੀ। ਉਹ ਫਿਰ ਕੁਛ ਦਿਨਾਂ ਬਾਅਦ ਭਾਈਵਾਲ ਆਵੇ, 2-4 ਦਿਨ ਬਾਅਦ ਭਾਈਵਾਲ ਆਖਣਾ ਕਿ ਮੇਰੀ ਸਲਾਹ ਕਿ ਮੈਂ ਆਪਣੇ ਪਿੰਡ ਲੈ ਜਾ, ਮੈਂ ਡੇਰੇ ਤੇ ਨਿਜ਼ਾਮ ਸਾਰਾ ਰੱਖਿਆ ਹੈ ਜੀ। ਉਹ ਕਹਿਣ ਲੱਗਾ ਕਿ ਮੈਂ ਪਿੰਡ ਲੈ ਜਾ, ਮੈਂ ਕਿਉਂ ਛੋਟੇ ਛੋਟੇ ਬਾਲ ਬੱਚੇ ਨੂੰ ਉਹਨਾਂ ਦੇ ਕੋਲ ਰਵਾਂਗਾ, ਕਿਉਂਕਿ ਉਹਨੂੰ ਫਿਰ ਨਾਲ ਮੇਰੇ ਇੱਥੇ ਰਹਿਣਾ ਪੈਂਦਾ ਦਿਨ ਪੈ ਰਾਤ। ਉਹ ਜਨਾਬ ਤਿੰਨ ਮੈਂ ਕਿਹਾ ਯਾਰ ਤੂੰ 300 ਚੂਚਾ ਜਿਹੜਾ ਇਹ ਲੈ ਜਾ, 100 ਮੇਰੇ ਵਾਸਤੇ ਰਹਿਣ ਦੇ, ਕਿਉਂਕਿ ਮੈਂ 100 ਦੀ ਦੇਖਭਾਲ ਸਹੀ ਕਰਾਂਗਾ। ਹਾਂਜੀ ਜੀ, ਉਹ 300 ਉਹਨੂੰ ਦੇ ਦਿਆ, ਮੈਂ ਦੇ ਦਿੱਤਾ ਸੀ। ਹਾਂਜੀ, ਤੇ ਫਿਰ ਤੁਸੀਂ 100 ਰੱਖਿਆ ਜੀ? 100 ਰੱਖਿਆ, 4 ਮਹੀਨੇ ਪਹਿਲੇ ਲੈ ਕੇ ਆਏ ਹੋ ਜੀ? ਜੀ ਜੀ। ਤੇ ਇਸ ਟਾਈਮ 100 ਵਿੱਚ ਤੁਹਾਡੇ ਕੋਲ ਕਿੰਨੇ ਮੌਜੂਦ ਨੇ? 100 ਚੋਂ ਤਕਰੀਬਨ 2 ਮਿਸ ਹੋਏ ਨੇ। ਅੱਛਾ, ਉਹ ਵੀ ਬਿਮਾਰੀ ਦੀ ਵਜ੍ਹਾ ਨਾਲ ਨਹੀਂ ਹੋਏ, ਮਿਸ ਹੋਏ। ਇੱਕ ਮੈਂ ਅਚਾਨਕ ਦਰਵਾਜ਼ਾ ਖੋਲਿਆ ਤੇ ਇਹਨੂੰ ਫੀਡ ਪਾਉਣ ਲੱਗਾ ਸਾ। ਅੱਛਾ, ਇਹ ਦੌੜਦੇ ਮੇਰੇ ਉੱਤੇ ਚੜ ਗਏ, ਤੋ ਇੱਕ ਮੇਰੇ ਪੈਰ ਦੇ ਥੱਲੇ ਦਾ ਕੋਈ ਅਸੀਂ ਗਰਦਨ ਆ ਗਈ, ਤੇ ਉਹ ਫਿਰ ਹੁੰਦੇ ਤੇ ਅਸੀਂ ਨਾਜ਼ੁਕ ਹੀ ਨੇ ਜੀ। ਜੀ, ਨਾਜ਼ੁਕ ਹੀ। ਚਲੋ, ਅੱਲਾਹ ਦੀ ਜ਼ਾਤ ਦਾ ਕਰਮ ਹੈ ਕਿ ਇਹਨਾਂ ਦੀ ਜਿਹੜੇ ਜ਼ਾਇਆ ਹੁੰਦੇ ਰੇਸ਼ੇ ਹੋਵੇ ਉਹ ਕੰਮ ਹੈ ਜੀ। ਜੀ, ਤੇ ਤੁਸੀਂ ਕੀ ਕੋਈ ਇਹਨਾਂ ਨੂੰ ਖਿਲਾਉਂਦੇ ਹੋ ਜਾਂ ਕੀ ਇਹਤਿਆਤੀ ਤਦਾਬੀਰ ਕਰਦੇ ਹੋ? ਦਵਾਈਆਂ ਵੀ ਦੇ ਦਈਆਂ ਨੇ ਆਪਣਾ, ਕੋਈ ਉਹ ਥੋਮ ਦੀਆਂ, ਲਸਣ ਦੀਆਂ ਤੁਰੀਆਂ ਵਗੈਰਾ, ਔਰ ਉਹਨਾਂ ਦਾ ਪਾਣੀ ਨਿਚੋੜ ਕੇ, ਇਹ ਜਿਹੜੀਆਂ ਕੁੱਪੀਆਂ ਪਾਣੀ ਵਾਲੀ ਰੱਖੀਆਂ ਹੈ ਨਾ, ਇਹਨਾਂ ਦੇ ਵਿੱਚ ਮਤਲਬ ਪਾਣੀ ਪਾਈਦਾ, ਫਿਰ ਡਿਸਪਰੀਨ ਗੋਲੀਆਂ ਜਿਹੜੀਆਂ ਨੇ ਉਹ 2-3 ਡੇਲੀ ਇਹਨਾਂ ਦਾ ਤਾਜ਼ਾ ਪਾਣੀ ਇਹਨਾਂ ਬਦਲ ਕੇ ਨਾ ਤੂੰ ਤਾਜ਼ੇ ਪਾਣੀ ਵਿੱਚ ਇਸਤੇਮਾਲ ਕਰੀਦਾ ਪਾਣੀ।
ਅੱਛਾ, ਉਹ ਜਿਹੜੀ ਡਿਸਪਰੀਨ ਦੀ ਗੋਲੀ ਹੈ ਉਹ ਵੀ ਅੱਛੀ ਹੈ? ਬੜੀ ਅੱਛੀ ਹੈ। ਇਸ ਤੋਂ ਇਲਾਵਾ ਤੁਸੀਂ ਜ਼ਿਕਰ ਕੀਤਾ ਕਿ ਥੋਮ ਲਸਣ ਦੀਆਂ ਤੁਰੀਆਂ, ਉਹ ਕਿੰਜ ਦਿੰਦੇ ਹੋ? ਉਹ ਜਨਾਬ ਉਹਨਾਂ ਨੂੰ ਪੀ ਪਾ ਕੇ ਇਹਨਾਂ ਦੇ ਪਾਣੀ ਦਾ ਵਿੱਚ ਹੀ ਮਤਲਬ ਸੁੜ ਸੜ ਛੱਡੀ ਦੀ ਹੈ। ਅੱਛਾ, ਯਾਨੀ ਉਹਨਾਂ ਦਾ ਅਸਰ ਪਾਣੀ ਦੇ ਵਿੱਚ ਵੀ ਸ਼ਾਮਿਲ ਹੋ ਜਾਂਦਾ, ਫਿਰ ਬਿਮਾਰੀਆਂ ਤੋਂ ਬਚਦੇ ਨੇ? ਪਾਣੀ ਦੇ ਵਿੱਚ ਇਸਤੇਮਾਲ ਹੁੰਦਾ ਹੋਇਆ। ਹਾਂਜੀ ਹਾਂ, ਬਿਲਕੁਲ। ਤੇ ਇਹ ਜਿਹੜੀ ਨਸਲ ਹੈ ਗੋਲਡਨ ਮਿਸਰੀ ਹੈ ਜਾਂ ਕੋਈ ਹੋਰ ਹੈ? ਗੋਲਡਨ ਮਿਸਰੀ ਹੈ। ਤੇ ਤੁਹਾਨੂੰ ਇਹ 4 ਮਹੀਨੇ ਚ ਇਹ ਕੰਮ ਤੋਂ ਕੀ ਮਹਿਸੂਸ ਹੁੰਦਾ ਪਿਆ? ਕੰਮ ਕਰਨਾ ਚਾਹੀਦਾ, ਇਹਨੂੰ ਵਧਾਉਣਾ ਚਾਹੀਦਾ? ਜੀ ਬਿਲਕੁਲ, ਇਹ ਬੜਾ ਅੱਛਾ ਕੰਮ ਹੈ ਜੀ, ਇਹਨੂੰ ਵਧਾਉਣਾ ਚਾਹੀਦਾ। ਮੈਂ ਵਧਾਉਣ ਦੀ ਕੋਸ਼ਿਸ਼ ਕਰਨੀ ਹੈ। ਇਹ ਮਾਲ ਤਕਰੀਬਨ ਮੈਂ ਵੇਚ ਕੇ ਨਾ ਤੇ ਫਿਰ ਕੋਈ 400-500 ਚੂਚਾ ਪਾਉਣਾ, ਕਿਉਂਕਿ ਮੇਰਾ ਸ਼ੈੱਡ ਬੜਾ ਵੱਡਾ ਹੋਵੇ। ਜੀ ਮਾਸ਼ਾਅੱਲਾ, ਕਿੰਨੇ ਮਰਲੇ ਚ ਵੀ ਸ਼ੈੱਡ? ਇਹ 1.5 ਮਰਲੇ ਤੇ। ਤੇ ਇਹਦੇ ਅੰਦਰ ਕਿੰਨੇ ਚੂਜ਼ੇ ਆ ਸਕਦੇ ਨੇ? ਇਹ ਤਕਰੀਬਨ 500 ਚੂਚਾ ਆ ਜਾਂਦਾ। ਇਹ ਜਦੋਂ ਜਵਾਨ ਹੁੰਦੇ ਨੇ ਉਹ ਵੀ 500 ਆ ਸਕਦੇ? ਬਿਲਕੁਲ ਆ ਸਕਦਾ ਵੇ। ਹਾਂਜੀ ਹਾਂ। ਅੱਛਾ ਸ਼ਾਹ ਜੀ, ਅੱਜ ਕੱਲ ਤੁਸੀਂ ਇਹਨਾਂ ਦੀ ਰੂਟੀਨ ਕੀ ਰੱਖੀ ਹੈ? ਇਹਨਾਂ ਨੂੰ ਕੀ ਖਿਲਾਉਂਦੇ ਪਿਲਾਉਂਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ? ਦੱਸੋ ਇਹਨਾਂ ਨੂੰ। ਸਵੇਰ ਤੇ ਫੀਡ ਥੋੜੀ ਜਿਹੀ ਪਾਈਦੀ ਹੈ। ਫੀਡ ਕਿਹੜੀ ਹੈ, ਦੇਸੀ ਹੈ ਜਾਂ ਦੂਸਰੀ ਹੈ? ਨਹੀਂ ਨਹੀਂ, ਪਹਿਲੇ ਤੇ ਕਣਕ ਜਿਹੜੀ ਹੈ ਨਾ, ਗੰਦਮ ਜੀ, ਉਹ ਥੋੜੀ ਜਿਹੀ 2 ਡੱਬੇ ਇਸਤੇਮਾਲ ਕਰਨਾ। ਉਸ ਤੋਂ ਬਾਅਦ ਫਿਰ ਇਹਨਾਂ ਦੀ ਫੀਡ ਸਪੈਸ਼ਲ ਫੀਡ ਹੁੰਦੀ ਹੈ। ਅੱਛਾ, ਬਰੀਕ ਜਿਸ ਤਰ੍ਹਾਂ ਦੇ ਮਸਲਾ ਦਾਣੇ ਹੁੰਦੇ ਨੇ, ਇਹਦੀ ਨੀ ਮਤਲਬ ਉਹਦਾ ਕੋਈ ਨੰਬਰ ਹੁੰਦਾ? ਜੀ ਜੀ ਹਾਂਜੀ। ਕੀ ਨੰਬਰ ਹੈ? ਨੰਬਰ ਨੀ ਮੈਨੂੰ ਯਾਦ ਹੈ। ਅੱਛਾ, ਮਿਲ ਜਾਂਦੀ ਹੈ ਦੁਕਾਨਾਂ ਤੋਂ ਫੀਡ। ਸਪੈਸ਼ਲ ਫੀਡ? ਜੀ ਜੀ, ਸਪੈਸ਼ਲ ਫੀਡ ਇਹਨਾਂ ਦੀ। ਉਹ ਕਿੰਨੇ ਕਿਲੋ ਦੀ ਹੁੰਦੀ ਹੈ? ਉਹ ਮੇਰੇ ਖਿਆਲ 20 ਕਿਲੋ ਦੀ ਹੁੰਦੀ। 20 ਕਿਲੋ ਦੀ? ਜੀ। ਉਹ ਜਿਹੜੀ 20 ਕਿਲੋ ਦੀ ਬੋਰੀ ਹੈ 300 ਦੀ ਹੁੰਦੀ ਹੈ, ਉਹ ਕਿੰਨੇ ਦਿਨ? 3000 ਦੀ। 3000 ਦੀ? 3000 ਦੀ, ਸੋਰੀ, 3000 ਦੀ, 3000 ਦੀ, 20 ਕਿਲੋ ਦੀ। ਜੀ ਜੀ। ਉਹ ਕਿੰਨੇ ਦਿਨ ਕੱਢ ਜਾਂਦੀ ਹੈ? ਉਹ ਥੋੜੀ ਥੋੜੀ ਪਾਈਦੀ ਹੈ, ਕਿਉਂਕਿ ਉਹਦੀ ਹੀਟ ਬੜੀ ਹੁੰਦੀ ਹੈ। ਹਾਂਜੀ, ਇਹਨਾਂ ਨੂੰ ਪਾਲਾ ਸ਼ਾਲਾ ਦੀ ਠੰਡ ਨਹੀਂ ਲੱਗਦੀ। ਹਾਂਜੀ, ਤੇ ਇਹਨਾਂ ਦਾ ਗੋਸ਼ਟ ਵਧਾਉਂਦੀ ਹੈ। ਹਾਂਜੀ, ਰੋਜ਼ਾਨਾ ਦੀ ਕਿੰਨੀ ਪਾਉਂਦੀ ਓਲੀ ਫੀਡ? ਉਹ ਤਕਰੀਬਨ 3-2 ਕਿਲੋ ਪਾ ਛੱਡਣੇ ਰੋਜ਼ਾਨਾ ਦੀ। ਜੀ ਹਾਂਜੀ। 100 ਇਹ ਜਿਹੜੇ ਤੁਹਾਡੇ ਕੋਲ ਇਸ ਟਾਈਮ ਮੁਰਗੀਆਂ ਨੇ ਇਹਨਾਂ ਨੂੰ? ਹਾਂਜੀ, 3 ਕਿਲੋ। ਤੇ ਜਦੋਂ ਇਹ ਛੋਟੇ ਹਨ, ਕੰਮ ਉਮਰ ਹਨ, ਉਦੋਂ ਇਹਨਾਂ ਦੀ ਫੀਡ ਕੰਮ ਪਾਉਂਦੇ ਸੀ? ਫੀਡ ਕੰਮ ਸੀ ਉਦੋਂ। ਹਾਂਜੀ, ਅਗਰ ਮੈਂ ਇਹਨਾਂ ਨੂੰ ਕੋਈ 2 ਘੰਟੇ ਬਾਹਰ ਮੈਂ ਫੇਰਨਾ ਵਾ, ਫਸਲ ਫੁਸਲ ਆਪਣਾ ਨੇੜੇ ਨਜ਼ਦੀਕ ਹੀ ਆਪਣਾ ਹੀ ਫਸਲ ਹੈ। ਹਾਂਜੀ, ਉੱਥੇ ਸ਼ਟਾਲਾ ਵਗੈਰਾ ਉਹਨਾਂ ਪਰ ਯਾਨੀ ਕਿ ਖਾਂਦੇ ਨੇ। ਸਹੀ, ਉਹ ਵੀ ਇਹਨਾਂ ਦੀ ਸਿਹਤ ਵਾਸਤੇ ਅੱਛਾ ਹੁੰਦਾ? ਬਿਲਕੁਲ, ਇਹਨਾਂ ਨੇ ਸਪੈਸ਼ਲ ਬਾਹਰ ਇਹਨਾਂ ਦੇ ਵਾਸਤੇ ਮੈਂ ਇੱਕ ਬੀਜਿਆ ਸ਼ਟਾਲਾ ਇਹਨਾਂ ਵਾਸਤੇ ਸਿਰਫ। ਅੱਛਾ, ਹਾਂਜੀ, ਮਾਸ਼ਾਅੱਲਾ, ਸਹੀ ਪਿਆਰ ਕਰਦੇ ਤੁਸੀਂ ਆਪਣੇ ਜਿਹੜੇ ਪਰਿੰਦੇ ਨੇ। ਪਾਲ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਬੀਜੀਆਂ ਨੇ, ਉਹ ਫਿਰ ਖਾ ਕੇ ਤੇ ਫਿਰ ਫੋਰਨ ਮਤਲਬ ਜਦੋਂ ਇਹਨਾਂ ਨੂੰ ਬੁਲਾਉਣਾ ਅੰਦਰ ਇਹਨਾਂ ਆ ਜਾਣਾ, ਫੀਡ ਪਾ ਦੇਣੀ, ਖੁਰਾਕ ਪਾ ਦੇਣੀ ਇਹਨਾਂ ਨੂੰ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਬੜਾ ਮਜ਼ਾ ਆ ਰਿਹਾ ਇਹਨਾਂ ਦਾ। ਚਲੋ, ਅੱਲਾਹ ਪਾਕ ਮਜ਼ੀਦ ਇਜ਼ਾਫਾ ਕਰੇ। ਅੱਛਾ ਪੀਰ ਜੀ, ਤੁਸੀਂ 100 ਚੂਜ਼ਾ ਲਿਆ ਸੀ, ਐਵਰੇਜ 75 ਰੁਪਏ ਦਾ? ਜੀ ਜੀ। ਯਾਨੀ ਕਿ 7500 ਦਾ ਉਹ ਵੇ? ਹਾਂਜੀ। ਤੇ ਤੁਹਾਨੂੰ 4 ਮਹੀਨੇ ਹੋ ਗਏ ਨੇ, 4 ਮਹੀਨੇ ਚ ਕਿੰਨੀਆਂ ਇਹਨਾਂ ਨੂੰ ਫੀਡ ਦੀਆਂ ਬੋਰੀਆਂ ਪਾਈਆਂ ਜੇ? ਹਾਂਜੀ। ਫੀਡ ਦੀਆਂ ਕਿੰਨੀਆਂ ਬੋਰੀਆਂ ਨਾ ਖਾ ਲਈਆਂ ਨੇ ਹੁਣ ਤੱਕ? ਇਹਨਾਂ ਫੀਡ ਦੀਆਂ 3 ਬੋਰੀਆਂ ਖਾ ਲਈਆਂ ਨੇ। ਇਹ 3? ਜੀ ਹਾਂਜੀ। ਤੇ ਇਸ ਤੋਂ ਇਲਾਵਾ ਉਹਨਾਂ ਨੂੰ ਮਾਨ ਕਣਕ? ਅੱਛਾ, ਤੇ ਉਹ ਜਿਹੜੀ ਫੀਡ ਦੀ ਬੋਰੀ ਹੈ ਉਹ 3000 ਦੀ ਹੈ? ਜੀ, 3000। 9000 ਹੋ ਗਿਆ? 9000। ਤੇ ਕਣਕ ਕਿੰਨੇ ਦੀ ਸੀ? ਕਣਕ 1700-1200 ਤੋਂ ਮੈਂ ਲਈ ਸੀ। ਅੱਛਾ, ਇਹ 1700 ਤੋਂ ਵੀ ਇੱਕ ਤੋੜਾ ਲਿਆ ਸੀ, ਫਿਰ ਮੈਂ ਕਿ ਸਾਫ ਬੜੀ ਕਣਕ, ਫਿਰ ਮੈਂ ਥੋੜੀ ਜਿਹੀ ਹਲਕੀ ਕਣਕ ਲੈ ਲਈ ਸੀ, ਉਹ 1200 ਦੀ? ਉਹ 1200। ਯਾਨੀ 3000 ਦੀ ਕਣਕ ਲਾ ਲਓ ਤੇ 9000 ਦੀ ਫੀਡ, 12000। ਹਾਂਜੀ। ਤੇ 7500 ਦੇ ਤੁਹਾਡੇ ਚੂਜ਼ੇ ਹਨ? ਹਾਂਜੀ। ਯਾਨੀ 20000 ਤੁਹਾਡਾ ਖਰਚਾ, ਇਸ ਤੋਂ ਇਲਾਵਾ ਕੋਈ ਮੈਡੀਸਨ ਦਾ ਪਾ ਕੇ? ਜੀ ਜੀ। 25000 ਖਰਚਾ ਆ ਗਿਆ 4 ਮਹੀਨੇ ਚ? ਹਾਂਜੀ, ਬਿਲਕੁਲ। ਇਹਨਾਂ ਤੇ ਤੁਸੀਂ ਹਲੇ 4 ਮਹੀਨੇ ਚ ਇਹਨਾਂ ਕੋਲ ਕੁਛ ਹਾਸਲ ਕੀਤਾ ਕਿ ਨਹੀਂ ਕੀਤਾ? ਨਹੀਂ, ਹਾਲੀ ਤੇ ਮਤਲਬ ਇਹਨਾਂ ਨੂੰ ਦੇਖਭਾਲ ਹੀ ਇਹਨਾਂ ਦੀ ਕਰ ਰਹੇ ਆ। ਅੱਛਾ, ਤੇ ਅੱਗੂ ਤੁਹਾਡਾ ਕੀ ਪਲਾਨ ਹੈ, ਮੁਰਗੀਆਂ ਸੇਲ ਕਰੋਗੇ ਜਾਂ ਉਹਨਾਂ ਦੇ ਅੰਡੇ ਸੇਲ ਕਰੋਗੇ? ਨਹੀਂ, ਮੈਂ ਤਕਰੀਬਨ ਮਸਲਾ ਇਹ ਹੈ ਕਿ ਮੈਂ ਮੁਰਗੇ ਵੀ ਸੇਲ ਕਰਦੇ ਹਾਂ ਇਕੱਠੇ ਹੀ।
ਅੱਛਾ ਮੁਰਗੀਆਂ ਚਲੋ ਮਤਲਬ ਕਿਸੇ ਲੈਣੀ ਹੋਣ ਤੇ ਮੁਰਗੀਆਂ ਵੀ ਦੇ ਸਕਦਾ ਮੈਂ ਤੁਹਾਡਾ ਵੈਸੇ ਜ਼ਿਹਨ ਹੈ ਕਿ ਜ਼ਿਆਦਾ ਮੁਰਗੇ ਸੇਲ ਕਰੀਏ ਆ ਮੁਰਗੇ ਸੇਲ ਕਰੀਏ ਮੁਰਗੇ ਹੈ ਨਾ ਜਿਹੜਾ ਤੁਸੀਂ ਸੋਚ ਉਹਦਾ ਲਿਆ ਸੀ ਅਦੇ ਅੰਦਰ ਕਿੰਨੇ ਮੁਰਗੇ ਤੇ ਕਿੰਨੀਆਂ ਮੁਰਗੀਆਂ ਨਿਕਲੀਆਂ ਤਾਂ ਕੋਈ ਗਿਣੇ ਨਹੀਂ ਜੇ ਕਿਉਂਕਿ ਵੈਸੇ ਤੇ ਦੌੜਦੇ ਭੱਜ ਜਾਂਦੇ ਬੇਟਾ ਗਿਣੇ ਨਹੀਂ ਵੈਸੇ ਕਾਫੀ ਮੁਰਗੇ ਨੇ ਜ਼ਿਆਦਾ ਰੇਸ਼ੋ ਮੁਰਗੀਆਂ ਦੀ ਜਾਂ ਮੁਰਗੀ ਜ਼ਿਆਦਾ ਮੁਰਗੀਆਂ ਦੀ ਜ਼ਿਆਦਾ ਮੁਰਗੀਆਂ ਦੀ ਮੁਰਗੀਆਂ ਇਹ ਕੀ ਵਜ੍ਹਾ ਪਹਿਲੇ ਵੀ ਇੱਕ ਦੋ ਵੀਡੀਓ ਬਣਾਈਏ ਕਹਿੰਦੇ ਨੇ ਕਿ ਹੈਚਰੀਆ ਲਿਆਈ ਕਹਿੰਦੇ ਨੇ ਕਿ ਜ਼ਿਆਦਾ ਜਿਹੜੇ ਇਹਨਾਂ ਨਾਲ ਮੁਰਗੀਆਂ ਹੁੰਦੀਆਂ ਉਹ ਲੇਕਿਨ ਜ਼ਿਆਦਾ ਮੁਰਗੇ ਨਿਕਲਦੇ ਨੇ ਹਾਂਜੀ ਮੁਰਗੇ ਲਿਆ ਉਦੋਂ ਮਤਲਬ ਜਿਹਾ ਮੁਰਗੀਆਂ ਦਾ ਇਕੱਠਾ ਹੀ ਚੂਜ਼ੇ ਜੂ ਲਿਆਉਂਦੇ ਹੈ ਚੂਜ਼ਿਆਂ 'ਚ ਪਤਾ ਹੀ ਨਹੀਂ ਲੱਗਦਾ ਕਿ ਮੁਰਗੀਆਂ ਨੇ ਮੁਰਗੇ ਨੇ ਜਦੋਂ ਇਹ ਹੁਣ ਜਵਾਨ ਹੋਏ ਰੋਡ ਪਤਾ ਲੱਗਿਆ ਉਹ ਵੀ ਮੁਰਗਾ ਉਹ ਵੀ ਮੁਰਗਾ ਉਹ ਵੀ ਮੁਰਗਾ ਅੱਛਾ ਵੈਸੇ ਜ਼ਿਆਦਾ ਫਾਇਦਾ ਮੁਰਗਾ ਤੇ ਹੀ ਜਾਂਦਾ ਜਾਂ ਮੁਰਗੀ ਦਿੰਦੀ ਹੈ ਮੁਰਗਾ ਜਿਹੜਾ ਵੀ ਇਹਦੀ ਤੇ ਪੱਕੀ ਮਤਲਬ ਇੱਕ ਆਪਣੀ ਇਹਦੀ ਸੇਲ ਹੋ ਜਾਂਦੀ ਹੈ ਨਾ ਹਾਂਜੀ ਤੇ ਮੁਰਗੀ ਜਿਹੜੀ ਹੈ ਤੇ ਸਾਫਾ ਹੀ ਦਿੰਦੀ ਹੈ ਆਂਡੇ ਵੀ ਵੇਚੋ ਤੇ ਉਂਝ ਵੀ ਵੇਚ ਸਕਦੇ ਹੋ ਇਹਦੇ ਹਾਂਜੀ ਠੀਕ ਤੇ ਮੁਰਗੀ ਕਿੰਨੇ ਮਾਹ ਬਾਅਦ ਅੰਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਇਹ ਮੁਰਗੀ ਤਕਰੀਬਨ ਹੁਣ ਇਹਨਾਂ 15-20 ਦਿਨਾਂ ਬਾਅਦ ਮੁਰਗੀਆਂ ਦੇ ਆਂਡੇ ਦੇਣ ਲੱਗ ਪਏ ਨੇ ਇਹ ਇਸ ਟਾਈਮ ਇਹਨਾਂ ਦੀ ਕਿੰਨੀ ਉਮਰ ਹੈ ਇਸ ਟਾਈਮ ਇਹਨਾਂ ਦੀ 4.5 ਮਹੀਨੇ ਹੋ ਗਏ ਯਾਨੀ 5 ਮਹੀਨੇ ਦੀ ਉਮਰ ਚ ਮੁਰਗੀ ਦੇ ਆਂਡੇ ਦੇਣ ਲੱਗ ਪਏ ਤੇ ਫਿਰ ਤੁਸੀਂ ਇਹਨਾਂ ਕੋਲ ਅੰਡੇ ਸਿਰਫ ਸਰਦੀਆਂ ਵਿੱਚ ਲਵੋਦੇ ਜਾਂ ਗਰਮੀਆਂ ਚ ਵੀ ਲਵੋਦੇ ਨਹੀਂ ਮੈਂ ਤਕਰੀਬਨ ਆਸਤਾ ਇਹਨੂੰ ਸਾਰੇ ਨੂੰ ਵੇਚਣ ਦਾ ਅੱਗੋਂ ਨਵਾਂ ਛੋਟਾ ਬੱਚਾ ਪਾਉਣਾ ਅੱਛਾ ਫਿਰ ਨਵਾਂ ਫਲਾਗ ਪਾਓਦੇ ਨਵਾਂ ਕਿਹੜੇ ਮਹੀਨੇ ਵਿੱਚ ਇਹਨਾਂ ਦਾ ਕੰਮ ਸ਼ੁਰੂ ਕਰਨਾ ਬਿਹਤਰ ਹੈ ਇਹ ਜਨਾਬ ਸਰਦੀ ਵਿੱਚ ਤੇ ਨਹੀਂ ਕਰਨਾ ਚਾਹੀਦਾ ਸਿਰਫ ਸਰਦੀ ਦੇ 2 ਮਹੀਨੇ ਜਿਹੜੇ ਇਸ ਤੋਂ ਬਾਅਦ ਸ਼ੁਰੂ ਕਰਨਾ ਚਾਹੀਦਾ ਅੱਛਾ ਯਾਨੀ ਮਾਰਚ ਅਪ੍ਰੈਲ ਦਾ ਮਹੀਨਾ ਠੀਕ ਰਹਿੰਦਾ ਹਾਂਜੀ ਹਾਂਜੀ ਸਰਦੀ ਵਿੱਚ ਉਦੋਂ ਨੂੰ ਤਿਆਰ ਹੋ ਜਾਂਦੇ ਨੇ ਅਗਰ ਮਾਰਚ ਅਪ੍ਰੈਲ ਚ ਲਵੋ ਵੇਖੋ ਨਾ ਛੋਟੇ ਹੁੰਦੇ ਨਾ ਤੇ ਹੁਣ ਸਰਦੀ ਨੇ ਇਹਨਾਂ ਨੂੰ ਨੁਕਸਾਨ ਦੇਣਾ ਸੀ ਹੁਣ ਇਹ ਜਵਾਨ ਹੋ ਗਏ ਨੇ ਹੁਣ ਇਹਨਾਂ ਨੂੰ ਸਰਦੀ ਨਹੀਂ ਲੱਗਦੀ ਫੀਡ ਪਾਈ ਦੀ ਹੈ ਇਹਨਾਂ ਦੇ ਅੰਦਰ ਉੱਥੇ ਅੱਗ ਸ਼ੱਗ ਬਾਲੀ ਦੀ ਧੂੰਆਂ ਛੂਆਂ ਕੋਈ ਇਹਨਾਂ ਦੀ ਹਵਾ ਬਦਲੀ ਜਾਂਦੀ ਹੈ ਹਾਂਜੀ ਜਾਲੀਆਂ ਦਾ ਰਸਤੇ 'ਚ ਹਵਾ ਇਹਦੇ ਦੀ ਬਦਲੀ ਰਹਿੰਦੀ ਹੈ ਕੋਈ ਬੋ ਨਹੀਂ ਕੋਈ ਲੈਣ ਨਹੀਂ ਕੋਈ ਸਮੈਲ ਨਹੀਂ ਵਗੈਰਾ ਕੋਈ ਤੇ ਪੀਰ ਜੀ ਤੁਸੀਂ ਨਾਲ ਕੋਈ ਹੋਰ ਵੀ ਕੰਮ ਕਰਦੇ ਹੋ ਬਈ ਜਾਂ ਸਿਰਫ ਉਹਨਾਂ ਦੀ ਤਵੱਜੋ ਦਿੰਦੇ ਹੋ ਨਹੀਂ ਇਹ ਹੋਈ ਇਹ ਵੀ ਤਵੱਜੋ ਨਾਲ ਮੇਰੀਆਂ ਮੱਝਾਂ ਨੇ ਉਹਨਾਂ ਨੂੰ ਵੀ ਮਤਲਬ ਉਹਨਾਂ ਦਾ ਵੀ ਹਾਂਜੀ ਨਿਜ਼ਾਮ ਅਗਰ ਕੋਈ ਬੰਦਾ ਜਾਂ ਕੋਈ ਨੌਜਵਾਨ 100 ਮੁਰਗੀਆਂ ਚੂਜ਼ੇ ਲੈ ਲੈਂਦਾ ਜਾਂ ਕੋਈ ਹਵਾਤੀਨ ਨੂੰ ਵੀ ਜਿਹੜਾ ਨਾ ਹੁੰਦੀ ਹੈ ਇਹ ਕੰਮ ਕਰਨ ਦੀ ਯਾਨੀ ਕਿ ਤੁਸੀਂ ਘਰ ਵੀ ਰੱਖ ਕੇ ਇਹ ਕੰਮ ਸ਼ੁਰੂ ਕਰ ਸਕਦੇ ਹੋ ਤੇ ਤੁਸੀਂ ਕੀ ਕਹਿਣਾ ਚਾਹੋਦੇ ਉਹ ਕਰ ਸਕਦੇ ਨੇ ਤੇ ਕਿੰਜ ਕਰ ਸਕਦੇ ਨੇ ਪਿੰਡਾਂ 'ਚ ਇਹ ਨਿਜ਼ਾਮ ਜਿਹੜਾ ਨਾ ਇਹ ਨਹੀਂ ਹੋਣਾ ਚਾਹੀਦਾ ਅੱਛਾ ਪਿੰਡ 'ਚ ਨਹੀਂ ਹੈ ਠੀਕ ਕਿਉਂਕਿ ਪਿੰਡ ਮੇਰੀ ਜਗ੍ਹਾ ਵੀ ਹੈ ਲੇਕਿਨ ਉੱਥੇ ਵੀ ਮੇਰਾ ਜ਼ਿਹਨ ਹੈ ਸੀ ਲੇਕਿਨ ਮੈਂ ਨਹੀਂ ਸੀ ਮੁਨਾਸਬ ਸਮਝਿਆ ਕਿਉਂਕਿ ਪਿੰਡ ਤੇ ਉੱਥੇ ਸਮੈਲ ਵਗੈਰਾ ਕਿਸੇ ਆਂਢੀ ਗੁਆਂਢੀ ਨੂੰ ਇੱਥੇ ਬਾਹਰ ਤੇ ਕੋਈ ਇਹਦੀ ਸਮੈਲ ਨਹੀਂ ਇਸ ਵੇਲੇ ਅਸੀਂ ਕਮਰੇ ਦੇ ਅੰਦਰ ਹਾਂ ਵੇਖੋ ਕੋਈ ਸਮੈਲ ਨਹੀਂ ਆ ਰਹੀ ਜੀ ਹਾਂਜੀ 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 ਤੇ ਪਿੰਡਾਂ 'ਚ ਤਾਂ ਜ਼ਿਆਦਾ ਸਮੈਲ ਸਮੂਲ ਹੁੰਦੀ ਹੈ ਯਾਨੀ ਇਹਨਾਂ ਵਾਸਤੇ ਓਪਨ ਏਰੀਆ ਹੋਏ ਹਮਸਾਏ ਤੰਗ ਨਾ ਹੋਣ ਬਾਹਰ ਫਸਲ ਹੋਵੇ ਹਾਂਜੀ ਦਰਖਤ ਹੋਣ ਇਹਨਾਂ ਦੀ ਆਬੋ ਹਵਾ ਜਿਹੜੀ ਨਾ ਉਹ ਬਦਲੀ ਬਦਲੀ ਜਾਂਦੀ ਨਹੀਂ ਜ਼ਬਰਦਸਤ ਹੋ ਗਿਆ ਤੇ ਇਹ ਦੱਸੋ ਕਿ ਅੱਜ ਕੱਲ ਵੈਸੇ ਮੁਰਗੇ ਦਾ ਕੀ ਰੇਟ ਚੱਲਦਾ ਪਾ ਕਿੰਨੇ ਕੁ ਦਾ ਸੇਲ ਹੋਈ ਜਾਂਦਾ ਇਹ ਜਨਾਬ ਅੱਜ ਤੋਂ ਮੇਰੇ ਨਾਲ ਕੋਈ 10 ਕੁ ਦਿਨ ਹੋਏ ਨੇ ਇਹ ਵੇਖ ਲਓ ਨਾ ਜਿੰਨੇ ਕੁ ਚੂਰੇ ਨੇ ਇਹਨਾਂ ਦੇ ਮੁਤਾਬਕ ਮੈਂ ਉਹ ਬੰਦਾ ਸੱਜਣੀ ਸੀ ਬੜਾ ਉਹਨੂੰ ਕੋਈ ਉਹਨੇ ਰੇਟ ਨਹੀਂ ਕੀਤਾ ਮੇਰੇ ਨਾਲ ਨਾ ਮੈਂ ਹੀ ਉਸ ਨਾਲ ਕੀਤਾ ਉਹ 2 ਮੁਰਗੇ ਫੜ ਕੇ ਲੈ ਗਿਆ ਅੱਛਾ ਉਹਨੇ ਮੈਨੂੰ ਯਾਨੀ ਕਿ 1500 ਰੁਪਇਆ ਦੇ ਦਿੱਤਾ ਮੈਂ ਕਿਹਾ ਯਾਰ
ਕੋਈ ਨਹੀਂ ਗੱਲ ਆਖਣਾ ਸ਼ਾਹੀ ਦੱਸੋ ਹੋਰ। ਮੈਂ ਕਿਹਾ ਯਾਰ ਤੂੰ ਯਾਰ ਹੈ, ਠੀਕ ਲੈ ਜਾ, ਹੋਰ ਕੋ ਆਇਆ ਤਾਂ ਤੂੰ ਨਵੇਂ ਰੇਟ ਕਰ ਲੈ ਲਾ। ਕੀ ਬਾਤ ਹੈ, ਪਿਆਰ ਵਾਲੇ ਬੰਦੇ ਹੋ ਤੁਸੀਂ। ਹਾਂਜੀ ਹਾਂਜੀ ਬਿਲਕੁਲ। ਅੱਛਾ, ਅਗਰ ਜਿਹੜੇ ਨਾਜ਼ਰੀਨ ਵੀਡੀਓ ਵੇਖਦੇ ਨੇ ਪੇ, ਉਹ ਮੁਰਗਾ ਲੈਣਾ ਚਾਹੁੰਦੇ ਨੇ ਜਾਂ ਅੰਡੇ ਲੈਣਾ ਚਾਹੁੰਦੇ ਨੇ, ਅੰਡੇ ਤੇ ਤਕਰੀਬਨ 15-20 ਦਿਨ ਬਾਅਦ ਹੀ ਸ਼ੁਰੂ ਹੋਣੇ, ਜਾਂ ਮੁਰਗੀ ਲੈਣਾ ਚਾਹੁੰਦੇ ਨੇ ਤੇ ਤੁਹਾਡੇ ਨਾਲ ਰਾਬਤਾ ਕਰ ਸਕਦੇ ਨੇ? ਜੀ ਬਿਲਕੁਲ। ਕੀ ਨੰਬਰ ਹੈ ਪੀਰ ਜੀ? ਮੇਰਾ ਨੰਬਰ ਜਨਾਬ 0342442 ਹਾਂਜੀ ਜੀ 39 ਜੀ 42 42 39 914 0342442 39 914 ਮਾਸ਼ਾਅੱਲਾ, ਜ਼ਬਰਦਸਤ ਹੋ ਗਿਆ ਸਰ। ਤੁਸੀਂ ਆਪਣੇ ਕੰਮ ਦੇ ਮੁਤਲਕ ਬੜੀਆਂ ਕੀਮਤੀ ਗੱਲਾਂ ਦੱਸੀਆਂ ਨੇ, ਕੋਈ ਐਸੀ ਗੱਲ ਜਿਹੜੀ ਰਹਿ ਗਈ ਹੋਏ ਮੈਂ ਨਹੀਂ ਪੁੱਛੀ? ਹਾਂਜੀ ਪੁੱਛੋ ਤੁਸੀਂ ਜਿਹੜੀ ਪੁੱਛਣੀ ਹੈ ਕੋਈ ਸਦਾਰੀ, ਅੱਲਾਹ ਦੀ ਮਿਹਰਬਾਨੀ। ਤਕਰੀਬਨ ਸਾਰੀਆਂ ਹੋ ਗਈਆਂ ਨੇ, ਮੈਂ ਚਾਹੁੰਦਾ ਕਿ ਇੱਕ ਥੋੜਾ ਜਿਹਾ ਐਸਟੀਮੇਟ ਦੇ ਦਿਓ ਨਾ, ਤੁਸੀਂ ਅਗਰ 100 ਮੁਰਗੀ ਰੱਖੀਏ, ਇਹ ਤੁਹਾਨੂੰ ਕਿੰਨੀ ਕੁ ਕੋਈ, ਤੁਸੀਂ 4 ਮਹੀਨੇ ਹੋ ਗਏ ਨੇ, ਇਹ ਤੁਹਾਨੂੰ ਕਿੰਨੀ ਕੁ ਕੋਈ ਅੱਗੋ ਜਿਹੜਾ ਨਾ ਪ੍ਰੋਫਿਟ ਦੇਈਏ, ਇਹਦਾ ਤਾਂ ਕੋਈ ਐਸਟੀਮੇਟ ਲਾਇਆ ਕਿ ਨਹੀਂ ਲਾਇਆ? ਨਹੀਂ ਮੈਂ ਨਹੀਂ ਐਸਟੀਮੇਟ ਲਾਇਆ, ਵੈਸੇ ਮਤਲਬ ਆਪਣਾ ਮੁਰਗਾ ਜਿਹੜਾ ਤਕਰੀਬਨ ਮੇਰਾ ਜ਼ਿਹਨ ਹੈ ਕਿ ਹੋਰ 10 ਦਿਨ ਬਾਅਦ ਵੀ ਇਹ ਗੁਜ਼ਾਰ ਗੁਜ਼ਾ ਵਿਕ ਜਾਵੇ, ਕੋਈ ਮੁਰਗੀ ਯਾਨੀ ਕਿ ਕੋਈ ਇਸ ਤੋਂ ਚਾਰਾਂ ਨੇ ਘੱਟ ਮਿਲ ਜਾਵੇ। ਹਾਂਜੀ, ਤੇ ਕਿਉਂਕਿ ਇਹ ਮੇਰਾ ਪ੍ਰੋਗਰਾਮ ਹੈ ਕਿ ਵੇਚਣ ਦਾ ਸਾਰਿਆਂ ਦਾ। ਹਾਂਜੀ ਠੀਕ ਹੈ। ਮੁਰਗੀਆਂ ਕੋਈ ਰਹਿ ਗਈਆਂ ਤਾਂ ਚਲੋ ਆਂਡੇ ਤਾਂ ਪਈ ਦੇਣ ਦੀ, ਉਹ ਫਿਰ ਵੀ ਮਤਲਬ ਪਿਆ ਮੈਨੂੰ ਫਾਇਦਾ ਹੋਏ ਤਾਂ ਠੀਕ ਹੈ। ਹਾਂ।